ਖੜੇ ਸੀਗੇ ਦੰਗਾ ਯਾਦ ਕਰਾਵਾਂਗੇ ਤੁਹਾਨੂੰ ਅਸੀਂ ਜਿਹੜੇ ਤੁਸੀਂ 84 ਦੇ ਦੰਗੇ ਭੁੱਲ ਗਏ ਨਾ ਤੁਹਾਨੂੰ 84 ਦੇ ਦੰਗੇ ਦੇ ਯਾਦ ਕਰਾਵਾਂਗੇ ਅਸੀਂ ਇੰਨੀ ਇੰਨੀ ਬਕਵਾਸ ਕਰਦੇ ਨੇ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਖਿਆਲੇ ਠਾਣੇ ਪਹੁੰਚੇ ਸੀ ਵੱਧ ਤੋਂ ਵੱਧ ਵੀਰ ਤੇ ਭੈਣਾਂ, ਕਿਉਂਕਿ ਇੱਕ ਬੱਚੇ ਦੇ ਬਾਲ ਕੱਟੇ, ਉਹਦੇ ਨਾਲ ਉਹਦੀ ਮਾਤਾ ਨੂੰ ਮਾਰਿਆ ਕੁੱਟਿਆ ਗਿਆ। ਤੇ ਅੱਜ ਦੀ ਡੇਟ ਕਿੰਨੀ, 18 ਤਰੀਕ ਹੈਗੀ ਆ ਸ਼ਾਮ ਦੇ ਟਾਈਮ, ਤੇ ਜਿੰਨੀ ਜਲਦੀ ਹੋ ਸਕੇ ਸਾਰੇ ਵੀਰ ਪਹੁੰਚੋ ਜੀ। ਬਾਲ ਤੇ ਕੱਟੇ ਕੱਟੇ ਨਾਲ ਭੈਣੀ ਨੂੰ ਮਾਰਿਆ ਕੁੱਟਿਆ ਵੀ ਆ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਜਿੰਨੀ ਜਲਦੀ ਹੋ ਸਕਦਾ ਵਿਸ਼ਨੂੰ ਗਾਰਡਨ ਖਿਆਲੇ ਠਾਣੇ ਪਹੁੰਚੋ। ਇਹ ਬੱਚੇ ਦੇ ਬਾਲ ਕੱਟੇ ਨਾਲੇ ਭੈਣੀ ਨੂੰ ਮਾਰਿਆ ਫੜ ਕੇ, ਇਹ ਦੇਖੋ ਤੁਹਾਨੂੰ ਸਾਹਮਣੇ ਦਿਖਾਉਂਦੇ ਜੀ। ਦੇਖੋ ਜਿੰਨੀ ਜਲਦੀ ਹੋ ਸਕਦਾ ਪਹੁੰਚੋ, ਇਹ ਬੱਚੇ ਦੇ ਬਾਲ ਕੱਟੇ ਆ। ਜਿੰਨੀ ਜਲਦੀ ਹੋ ਸਕਦਾ ਖਿਆਲੇ ਠਾਣੇ ਪਹੁੰਚੋ ਸਾਰੇ ਵੀਰ। ਸਾਰੇ ਵੀਰਾਂ ਅੱਗੇ ਬੇਨਤੀ ਆ, ਚਲੋ ਤੁਸੀਂ ਪਹੁੰਚੋ ਫਿਰ ਅੰਦਰ ਗੱਲ ਕਰੋ। ਮੈਡੀਕਲ ਕਰਾ ਦੇ, ਜਬਰਦਸਤੀ ਕਰਾ ਦੇ ਮੈਡੀਕਲ ਕੇ ਲਈ ਬੋਲੇ ਪੀਸੀਆਰ ਵਾਲੇ ਬੰਦ ਕਰ ਦੇ, ਪੀਸੀਆਰ ਵਾਲੇ ਕਰਾਏਗਾ ਮੈਡੀਕਲ ਕੇ ਲਈ। ਜੇ ਹੁਣ ਬੰਦ ਹੋਏਗਾ ਆ ਦੇਖ ਲਓ ਜੀ, ਪੁਲਿਸ ਵਾਲੇ ਸਾਨੂੰ ਮਨਾ ਕਰ ਰਹੇ ਵੀ ਵੀਡੀਓ ਨਹੀਂ ਬਣਾਉਣੀ ਹੈਗੀ। ਇੱਕ ਤਾਂ ਸਾਡੇ ਨਾਲ ਇਨਸਾਫ ਨਹੀਂ ਹੋ ਰਿਹਾ, ਉੱਪਰ ਸਾਨੂੰ ਮਨਾ ਕਰਦੇ ਪਏ ਆ। ਖਿਆਲੇ ਠਾਣੇ ਪਹੁੰਚੋ ਜੀ ਫਟਾਫਟ। ਪੁਲਿਸ ਵਾਲਾ ਕਹਿੰਦਾ ਜੀ ਆਪ ਲੈ ਕੇ ਜਾਓ ਮੈਡੀਕਲ ਕਰਾਉਣ ਲਈ, ਆਪਣੇ ਸਰਕਾਰੀ ਗੱਡੀ ਨਹੀਂ ਭੇਜ ਰਹੇ। ਬਾਲ ਕੱਟਤੇ ਬੱਚੇ ਦੇ, ਬਾਲ ਕੱਟਤੇ ਪੁਲਿਸ ਵਾਲੇ ਨੇ।
ਲੈਣੇ ਹੋ ਕਿਸੇ ਬੰਦੇ ਕਹਿ ਰਹੇ ਜੀ 84,000 ਤੋਂ ਲਾਵਾਂਗੇ ਤੁਹਾਨੂੰ ਰੋਟੀ ਵਾਲੀ ਮਾਂ ਨੂੰ ਵੀ ਪੁੱਟ ਗਿਆ ਭੈਣ ਨੂੰ ਰੋਟੀ ਵਾਲੀ ਮਾਂ ਨੂੰ ਵੀ ਪੁੱਟ ਗਿਆ।